ਸਾਡੇ ਆਪਸੀ ਬਹੁਤ ਮਤਭੇਦ ਹੋ ਸਕਦੇ ਆ, ਕਿਸੇ ਦੇ ਕਿਸੇ ਨਾਲ ਵਿਚਾਰ ਨਹੀਂ ਮਿਲ ਸਕਦੇ, ਸਾਰਾ ਕੁਝ ਹੁੰਦਾ। ਪਰ ਸਾਡਾ ਵੱਡਾ ਵੀਰ ਭਾਈ ਗੁਰਪ੍ਰੀਤ ਸਿੰਘ ਹਰੀ ਨੂੰ, ਜਿਹੜਾ ਬਾਈ ਦੀਪ ਸਿੱਧੂ ਦਾ ਵੀ ਬਹੁਤ ਕਰੀਬੀ ਰਿਹਾ ਤੇ ਉਹਨਾਂ ਦੇ ਆਪਣੇ ਏਰੀਏ ਦੇ ਵਿੱਚ ਪ੍ਰੋਗਰਾਮ ਵੀ ਕਰਵਾਉਂਦਾ ਰਿਹਾ, ਠੀਕ ਆ ਨਾ, ਆਪਾਂ ਸਾਰੇ ਹੀ ਜਾਣਦੇ ਉਸ ਵੀਰ ਨੂੰ। ਉਸ ਵੀਰ ਦਾ ਜਿਹੜਾ ਮਤਲਬ ਕਿ 2 ਦਿਨ ਹੋ ਗਏ ਆ, ਪਿੰਡ ਦੇ ਵਿੱਚ ਹੀ ਕਿਸੇ ਅਣਪਛਾਤੇ ਬੰਦਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਇੱਕ ਬਹੁਤ ਹੀ ਮੰਦਭਾਗੀ ਘਟਨਾ, ਬਹੁਤ ਹੀ ਜ਼ਿਆਦਾ ਮੰਦਭਾਗੀ ਘਟਨਾ ਵੀਰ ਹੋਵੇ। ਇਹ ਜਿਹੜਾ ਦੁੱਖ ਆ, ਇਹ ਤਾਂ ਪਰਿਵਾਰ ਨੂੰ ਪਤਾ, ਸਭ ਨਾਲੋਂ ਜ਼ਿਆਦਾ ਦੁੱਖ ਤਾਂ ਉਸ ਪਰਿਵਾਰ ਨੂੰ ਪਤਾ, ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਆ, ਠੀਕ ਆ ਨਾ, ਅਤੇ ਮਾਂ ਦਾ ਪੁੱਤ ਤੁਰ ਗਿਆ, ਕਿਸੇ ਭੈਣ ਦਾ ਭਰਾ ਤੁਰ ਗਿਆ, ਬਹੁਤ ਮਾੜੀ ਗੱਲ ਆ ਵੀਰੋ। ਅਤੇ ਇੱਥੇ ਵੀਰੋ ਇੱਕ ਨਾ ਗੱਲ ਹੋਰ ਬੜੀ ਮਤਲਬ ਕਿ ਉੱਭਰ ਰਹੀ ਆ, ਵੀ ਇਹ ਜਿਹੜਾ ਕਤਲ ਕਰਵਾਇਆ, ਇਹਦੇ ਪਿੱਛੇ ਭਾਈ ਸਾਹਿਬ ਦਾ ਹੱਥ ਆ, ਭਾਈ ਅੰਮ੍ਰਿਤਪਾਲ ਸਿੰਘ ਦਾ ਹੱਥ ਆ ਵੀਰੋ? ਨਹੀਂ, ਕਦੇ ਨਹੀਂ ਚਾਹੁੰਦਾ ਭਾਈ ਅੰਮ੍ਰਿਤਪਾਲ ਸਿੰਘ ਕਿ ਮੈਂ ਇੱਕ ਸਿੱਖ ਜਿਹਨੇ ਅੰਮ੍ਰਿਤ ਛਕਿਆ ਹੋਵੇ, ਗੁਰੂ ਦਾ ਬਾਣਾ ਪਾਇਆ ਹੋਵੇ, ਵੀ ਅਸੀਂ ਉਹਦਾ ਇਸ ਤਰ੍ਹਾਂ ਉਹਦਾ ਘਟੀਆ ਸਾਜ਼ਿਸ਼ ਦੇ ਤਰੀਕੇ ਨਾਲ ਉਹਨੂੰ ਜਿਹੜਾ ਖਤਮ ਕੀਤਾ ਜਾਵੇ। ਨਹੀਂ, ਸਾਡੇ ਲੱਖਾਂ ਵੈਰ ਹੋ ਸਕਦੇ, ਲੱਖਾਂ ਵਿਰੋਧ ਹੋ ਸਕਦੇ ਆ, ਪਰ ਅੰਮ੍ਰਿਤਪਾਲ ਇਹੋ ਜਿਹਾ ਕੰਮ ਕਦੇ ਨਹੀਂ ਕਰਾ ਸਕਦਾ। ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਆ, ਸਾਨੂੰ ਸਮਝਣਾ ਪੈਣਾ ਵੀਰੋ। ਸਾਡੇ ਬੰਦੇ ਏਜੰਸੀਆਂ ਇੱਦਾਂ ਖਤਮ ਕਰਵਾ ਕੇ, ਉਹਨਾਂ ਨੂੰ ਮਾਰ ਕੇ ਸਾਨੂੰ ਆਪਸ ਦੇ ਵਿੱਚ ਲੜਾ ਰਹੀ ਆ, ਖੁਦ ਆਪ ਲੜਾ ਰਹੀ ਆ, ਵੀ ਤੁਹਾਡੇ ਆਪਦੇ ਬੰਦੇ ਹੀ ਆਪਦੇ ਬੰਦੇ ਹੀ ਮਾਰੀ ਜਾਂਦੇ ਆ। ਕੀ ਭਲੇ ਉਹ ਮਾਣਸੋ ਕਿ ਸਿੱਖ ਸਿੱਖ ਨੂੰ ਮਾਰੂਗਾ? ਹੁਣ ਸਾਡੇ ਲੱਖਾਂ ਯਾਰ, ਹੁਣ ਪਰਿਵਾਰ ਹੁੰਦਾ, ਪਰਿਵਾਰ ਦੇ ਵਿੱਚ ਲੱਖਾਂ ਆਪਣੇ ਮਤਭੇਦ ਹੁੰਦੇ, ਆਪਣੇ ਪਰਿਵਾਰ ਦੇ ਵਿੱਚ ਸਾਡੀ ਸਿੱਖ ਕੌਮ ਸਾਡਾ ਪਰਿਵਾਰ, ਸਾਡੇ ਲੱਖਾਂ ਮਤਭੇਦ ਇੱਕ ਦੂਜੇ ਨਾਲ ਹੋਣਗੇ, ਪਰ ਇਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਇੱਕ ਦੂਜੇ ਦੇ ਆਪਦੇ ਬੰਦੇ ਮਾਰਨ ਲੱਗ ਪਾਂਗੇ। ਨਹੀਂ, ਕਦੇ ਨਹੀਂ ਚਾਹੁੰਦਾ ਵੀ ਅੰਮ੍ਰਿਤਪਾਲ ਕੇ ਮੈਂ ਗੁਰੂ ਦਾ ਸਿੱਖ ਖਤਮ ਕਰਵਾਵਾਂ ਜਾਂ, ਕਿਉਂਕਿ ਬਹੁਲੇ ਲੋਕ ਕਹਿ ਰਹੇ ਆ ਨਾ ਵਿੱਚੋਂ, ਜਿਹੜੇ ਮਤਲਬ ਕਿ ਫੇਸਬੁੱਕ ਹੀ ਕੁਛ ਵੀ ਇਹ ਅੰਮ੍ਰਿਤਪਾਲ ਨੇ ਖਤਮ ਕਰਵਾਇਆ ਉਹਨਾਂ ਦੇ ਬੰਦੇ, ਕਿੱਥੇ ਅੰਮ੍ਰਿਤਪਾਲ ਤਾਂ ਬਾਈ ਆਪ ਜੇਲ੍ਹ 'ਚ ਬੈਠਾ, NSA ਉਹਨਾਂ 'ਤੇ ਲੱਗੀ ਹੋਈ ਆ, ਉਹਨੇ ਕੀ ਲੈਣਾ ਕਿਸੇ ਤੋਂ ਇੱਦਾਂ ਖਤਮ ਕਰਵਾ ਕੇ? ਨਾਲੇ ਆਪਦੇ ਸਾਡੇ ਬੰਦੇ ਅਸੀਂ ਕਿਉਂ ਖਤਮ ਕਰਵਾਓ, ਕਿਸ ਗੱਲੋਂ ਖਤਮ ਕਰਵਾਓ ਬਾਈ, ਦੱਸੋ ਤੁਸੀਂ। ਇਹ ਸਾਨੂੰ ਸਮਝਣ ਦੀ ਬਾਈ ਲੋੜ ਆ, ਏਜੰਸੀਆਂ ਇਹੋ ਜਿਹੇ ਕੰਮ ਆਪ ਖੁਦ ਕਰਵਾ ਰਹੀਆਂ ਕਿ ਸਿੱਖ ਸਿੱਖ ਨਾਲ ਲੜੇ, ਅਤੇ ਸਾਡਾ ਉਹ ਕੰਮ ਹੋ ਰਿਹਾ। ਸਾਨੂੰ ਆਪ ਨੂੰ ਇਹ ਜੁੰਡੋ ਜੁੰਡੀ ਕਰਾ ਕੇ, ਸਾਨੂੰ ਆਪ ਨੂੰ ਇਹ ਜੁੱਤੀਓ ਜੁੱਤੀ ਕਰਾਉਣ ਨੂੰ ਚਾਹੁੰਦੀ ਹੈ ਸਟੇਟ, ਅਤੇ ਸਾਨੂੰ ਵੀਰੋ ਸਮਝਣਾ ਪੈਣਾ। ਸਾਡਾ ਭਰਾ ਹਰੀ ਨੂੰ, ਸਾਡਾ ਆਪਣਾ ਵੀਰ ਸੀ, ਠੀਕ ਹੈ ਨਾ, ਕਿੱਥੇ ਵਿਰੋਧ ਕੀਤਾ ਕਿਸੇ ਬੰਦੇ ਨੇ ਉਹਦਾ, ਜਾਂ ਕਿੱਥੇ ਮਾੜਾ ਬੋਲਿਆ ਹੋਵੇ, ਜਾਂ ਕੁਛ ਵੀਰ ਨੂੰ ਕਿਹਾ ਹੋਵੇ, ਬੜੇ ਹੀ ਮਿਲਿਆ ਸਾਨੂੰ, ਉਹ ਕੋਈ ਗੱਲਬਾਤ ਹੀ ਨਹੀਂ ਸੀ ਯਾਰ। ਸਾਡੇ ਬੰਦੇ ਵੇਖੋ, ਸਾਡੇ ਆਪਦੇ ਬੰਦਿਆਂ 'ਤੇ ਉਂਗਲਾਂ ਚੱਕੀ ਜਾਂਦੇ ਆ, ਉਹ ਭਲੇ ਉਹ ਮਾਨਸੋ ਸਮਝੋ ਕੁਛ। ਆ ਹੁਣ ਆ ਬਾਬੇ ਬਖਸ਼ੀਸ਼ ਸਿੰਘ ਦੇ ਮਗਰ ਬੰਦੇ ਲੱਗੇ ਸੀ, ਉਹ ਫੋਟੋ ਵੀ ਮੇਰੇ ਕੋਲ ਪਈ ਆ, ਇੱਥੋਂ ਮੈਂ ਚੱਕੀ ਆ ਫੇਸਬੁੱਕ ਤੋਂ। ਦੱਸੋ, ਮੈਂ ਇਹ ਕਹਿਣਾ ਚਾਹੁੰਦਾ ਵੀ ਦਾ ਨਹੀਂ ਲੱਗਿਆ, ਹੋ ਸਕਦਾ ਅੰਮ੍ਰਿਤਪਾਲ ਨੂੰ ਵੀ ਖਤਮ ਕਰਵਾ ਦੇਣਾ, ਕਿਉਂਕਿ ਅੰਮ੍ਰਿਤਪਾਲ ਕੋਲ ਸਿਕਿਉਰਿਟੀ ਬਹੁਤ ਸੀ ਉਦੋਂ, ਖਤਮ ਅੰਮ੍ਰਿਤਪਾਲ ਨੂੰ ਵੀ ਕਿਸੇ ਤਰੀਕੇ ਨਾਲ ਕਰ ਦੇਣਾ ਸੀ ਇਹਨਾਂ ਨੇ, ਪਰ ਸਿਕਿਉਰਿਟੀ ਇੰਨੀ ਟਾਈਟ ਸੀ ਵੀ ਅੰਮ੍ਰਿਤਪਾਲ ਤੱਕ ਪਹੁੰਚਿਆ ਨਹੀਂ ਗਿਆ, ਖਤਮ ਉਹਨੂੰ ਵੀ ਇਹਨਾਂ ਨੇ ਕਰ ਦੇਣਾ ਸੀ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਤੁਸੀਂ ਵੀ ਹੋਰ ਕੀ ਕੁਛ ਹੁੰਦਾ, ਅਤੇ ਸਾਨੂੰ ਸਮਝਣ ਦੀ ਲੋੜ ਆ ਵੀਰੋ, ਸਾਨੂੰ ਆਪਸ 'ਚ ਲੜਨਾ ਨਹੀਂ ਚਾਹੀਦਾ। ਜੇ ਅਸੀਂ ਆਪਸ 'ਚ ਲੜ ਕੇ ਇੱਕ ਦੂਜੇ ਦਾ ਸਿਰ ਪਾੜਾਂਗੇ, ਦੱਸੋ ਕੀ ਕਰਾਂਗੇ? ਉਹ ਤਾਂ ਆਪਣੀ ਸਾਜ਼ਿਸ਼ 'ਤੇ ਆ ਗਏ ਆ, ਉਹ ਤਾਂ ਆਪਣੀ ਚਾਲ 'ਤੇ ਕਾਮਯਾਬ ਹੋ ਗਏ ਏਜੰਸੀਆਂ, ਤਾਂ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਪੂਰਾ ਵੀ ਇਹਨਾਂ ਨੂੰ ਆਪਸ ਜੁੱਤੀਓ ਕਰਾ ਦਿਉ, ਵੀ ਆਖੋ ਅੰਮ੍ਰਿਤਪਾਲ ਦੇ ਬੰਦਿਆਂ ਨੇ ਇਹ ਹਰੀ ਨੂੰ ਖਤਮ ਕਰਤਾ। ਕਿਉਂ ਕਰਤਾ? ਕੀ ਲੈਣਾ ਉਹਨਾਂ ਨੇ? ਕਿਉਂ ਖਤਮ ਕਰਾਵੋਗੇ? ਬਾਕੀ ਇਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਸੱਚ ਦਾ ਸੱਚ, ਝੂਠ ਦਾ ਝੂਠ, ਸਾਰਾ ਨਿਤਾਰਾ ਹੋਣਾ ਚਾਹੀਦਾ, ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ। ਇਹ ਕਿਹੜੇ ਬੰਦੇ ਆ, ਕੌਣ ਆ, ਕਿੰਨਾ ਕਰਾਇਆ, ਸਾਰਾ ਜੇ ਸਹੀ ਪਤਾ ਲੱਗੇ ਤਾਂ। ਜੇ ਦੀਪ ਸਿੱਧੂ ਵਾਂਗੂ ਵਿੱਚੋਂ ਕੁਛ ਨਿਕਲਣਾ ਹੀ ਨਹੀਂ, ਕੁਛ ਪਤਾ ਹੀ ਨਹੀਂ ਲੱਗਣਾ,
सारा इदा ही रफा दफा हो जाना, पता ही लगना केड़े बंदे कौन आ जा कि ने आ। फिर नहीं बई, इसलिए साडा जिहड़ी कौम आ साडे सिख असीं आपस च प्यार ना रहो वीरो, ठीक है नी। ये अपने मनसूबिया ते कामयाब हुंदे आ। हाँ जी, ये नहीं पता अगला नंबर किंदा लाउण, ठीक है ना। तो ये सानू आपस जुत्ती जुत्ती करवाउणा चाहुंदे आ। सो सानू आपस इस चीज़ नू सोचना चाहिए, सानू आपस लोड़ आ। ये कारे कौन करा रहे, अमृतपाल का किड्डा कु वैर सी इस बंदे नाल, दसो मैनू भी। तुसी ये दा गल दसो भी भाई अमृतपाल सिंह दा ये भाई गुरप्रीत सिंह हरी नौना किड्डा कु वैर तगड़ा सी। आपां तां कोई सुनिया नहीं सोशल मीडिया ते भी गुरप्रीत सिंह आ जिहड़ा भी अमृतपाल का विरोध करता जा उहदे, कितें सुनिया आपां? ते बाकी आपसी मतभेद हुंदे ही आ, दसो आपसी ख। पर इहदा मतलब ये कदे नहीं हो सकता, सानू समझन दी लोड़ आ वीरो। स्टेट सानू आपच गुत्थम गुत्थी करवाउणा चाहुंदी आ, सानू आपच मरवाउणा चाहुंदी आ लड़ा के। ते समझो समझो कुछ ना कुछ, अमृतपाल दा की वैर होऊगा? नाले अमृतपाल एक गुरु दे सिंह नू मराऊगा? जे अमृतपाल इहो जिहा काम कराया अमृतपाल ने, तुसी आने हो जवां दुध दा दुध पानी दा पानी, जवां निचोड़ निकलदा सही निकले रे बाबे, ते असीं आप लाणता पावांगे अमृतपाल नू, असी आप लाणता पावांगे अमृतपाल नू भी तू ये बंदे वाला काम नहीं किया। पर सानू पता अमृतपाल तां जेल च बैठा ही यार, एन एस ए उहदे उत्ते लगी हुई आ। दसो कि वह जेल च बैठा की जाता भी फलाने नू ऐ कर दो, टमकाने नू ऐ कर दो, उन्हें तू ऐ कर दो। दसो ये जो भी कुछ हो रहा स्टेट करवा रही है, स्टेट सानू आपस गुत्थम गुत्थी करा के सानू आपस लड़ाउणा चाहुंदी आ। सो सानू समझन दी आपस लोड़ आ। बस ये जेड़े दो चार बंदे बोली जांदे ने अमृतपाल दा काम आ, ये बाहर बैठे टाउटां दा काम आ, फलाने बंदिया ने कराया, नहीं बई, ठीक है ना। क्योंकि गुरु का जिहड़ा सिंह आ जिन्हें बाणा पाया, ठीक है कि नहीं, ते उह इहो जिहा काम कदे नहीं करा सकदा। ये सिर्फ एक एजेंसियां दी गेम आ, एजेंसियां सानू साडे बंदे मार के सानू आप च लड़ाउणा चाहुंदियां, गुत्थम गुत्थी करवाउणा चाहुंदियां। बंदे एजेंसियां ने मारते आ सिर साडे सिख एक दूजे दे पाड़दे फिरन। दसो हरी हरी नो साडा भरा सी, साडी जिंद सी, साडी जान सी, वह मापियां दा पुत सी, किसे भैण दा भरा सी, ठीक है ना, किसे प्यो दा पुत सी। वह बहुत माड़ी घटना जिन्हां ने पिठ पिछे वार कीता, आके बहुत माड़ी गल हुई आ। सो सानू समझन दी लोड़ आ वीरो। हुण बाबे बख्शीश मगर भी बंदे लगे सी, ठीक है ना। ये नहीं पता की कुछ एजेंसियां कर रही, किवें कर रही, गेम की चल रही आ। ये तो बस नहीं चलिया, छड़ दे अमृतपाल नू नहीं सी ये। हाँ जी, छड़ दे अमृतपाल नू नहीं सी ये। पर यह कहना छड़ो भी अमृतपाल ने मराते, अमृतपाल ने दसो यार, अमृतपाल तो आप दसो एन एस ए उन्हें तो लगी हुई आ, जेल चो बैठा होया, सारे सिंह अपने जेलां च बैठे हुए आ। सो आपू आपस प्यार ना रहना चाहिए, सानू ये चाला तो जिहड़ियां एजेंसियां कर रही इन्हां नू समझन दी लोड़ आ। असीं इन्हां चालां नू समझिए, इन्हां ने तां क्योंकि इल्जाम लाउणा ही लाउणा, एजेंसियां तां चाहुंदियां भी किवें ना किवें करके भी इन्हां दा बंदा ही आखीए भी अमृतपाल नहीं कराया जाण बुझ के। सो सानू इहदी समझन दी लोड़ आ बहुत ज्यादा। बाकी ये सारा कुछ प्लैन गया भी भाई अमृतपाल सिंह एक एम पी बनया, उन्दे उत्ते होर इहो जिहे इल्जाम लाए जाण किवें ना किवें करके, उन्हूं आखे भी जेल चो बाहर आ ही ना सके, उह सादे सदियां लई भी उह जेल चो बाहर ना किवें 5 साल आ सके, उन्हूं 5 साल जेल दे विच ही रख्या जावे, किवें ना किवें कोई ना कोई तरीका अपनाओ, कोई ना कोई इहो जिहा बंदे तों एजेंसियां दा ही टारगेट कराओ भी ना अमृतपाल दा लवा दो, ठीक है कि नहीं, उन्हां दे बंदिआं दा लवा दो भी उन्हां ने ऐ कराता, फलाणिआं ने ऐ कराता, ठीक है कि नहीं, कदे भी नहीं हो सकता, ठीक है कि नहीं। साडा आपदा परिवार का मैंबर सी, साडा सिख कौम का मैंबर सी, साडा आपस च आपदा बंदा सी, साडा जिहड़ा हरीनो साडा आपदा बंदा, भाई अमृतपाल सिंह दा आपदा बंदा, ठीक है कि नहीं। साडे परिवार दे विच आपसी बहुत मतभेद हुंदे आ, ते साडी सिख कौम साडी आपस च विचारधारा बहुत मतभेद एक दूजे नाल हो जांदे आ। इहदा मतलब गोली नहीं हैगा कि असीं गोली नाल किसे नूं मार देना, बहुत माड़ी घटना हुई, पूरी इन्वेस्टिगेशन इहदी होनी चाहीदी।